सूबे च आए दिन लुटखो दियां वारदातां सामने आउंदियां रहिंदियां ने। ताजा मामला समाणा तो सामने आया, जिथों दे पिंड बमणा च चोरां ने ओबीसी बैंक नूं अपना निशाना बनाया। चोरी दी घटना दोपहर दे करीब 1 बजे वापरी, जदों एक गड्डी च सवार होके आए चार नकाब पुरश लुटेरे बैंक च दाखिल हो गए, जिन्हां ने हथियारां दी नोक ते इस लुट नूं अंजाम दिता अते 7 लाख दी नकदी लैके फरार हो गए। चोरी दी सारी वारदात बैंक च लगे सीसीटीवी कैमरिया विच कैद हो गई। इस बारे पिंड वासियां दा की कहना है तुहानू सुणाउंदे आ। ए ओरिएंटल बैंक आई बम्मणे दा जी। अच्छा, इत्थे 1.5 क बजे दी गल आ वी चलो सानू फोन आया मुंडिआं दा वी ऐ करके बैंक च चोरी हो गई। किन्ने क लुट होई है? ਇਹ ਹੋਈ 1:15 ਦਾ ਟਾਈਮ ਆ ਜੀ ਇਹ। ਬਾਕੀ ਹੁੰਦੇ ਹੁੰਦੇ ਪਤਾ ਲੱਗਿਆ ਵੀ ਚਾਰ ਵੀ ਗੱਡੀ ਆਈ ਆ ਜੀ ਇੱਕ, ਵੀ ਹਥਿਆਰਬੰਦ ਬੈਂਕ ਦੇ ਵਿੱਚ ਵੜ ਗਏ, ਉਦੋਂ ਬਾਅਦ ਬੰਦੀ ਬਣਾ ਕੇ ਲੁੱਟ ਕੇ ਲੈ ਗਏ ਜੀ। ਉੱਥੇ ਜਦੋਂ ਬੈਂਕ ਅਧਿਕਾਰੀਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਓਬੀਸੀ ਬੈਂਕ ਬੰਮਣਾ ਹੈ, ਇੱਥੇ ਚਾਰ ਬੰਦੇ ਆਏ ਨੇ ਗੱਡੀ 'ਚ, ਉਹਨਾਂ ਕੋਲ ਹਥਿਆਰ ਸੀਗੇ, 7,27,000 ਰੁਪਇਆ ਲੈ ਗਏ। ਅਤੇ ਕੀ ਦੱਸਿਆ ਬੈਂਕ ਵਾਲਿਆਂ ਨੇ ਕਿੰਨੇ ਬੰਦੇ ਆਏ ਸੀ, ਕਿਸ ਤਰ੍ਹਾਂ ਆਏ, ਕਿਆ ਨਾਮ ਆ? ਚਾਰ ਬੰਦੇ ਆਏ ਸੀ, ਕਾਰ 'ਚ ਆਏ ਸੀਗੇ ਅਤੇ ਉਹਨਾਂ ਕੋਲ ਵੈਪਨ ਸੀ। ਹਥਿਆਰ ਸੀ ਮਤਲਬ? ਹਾਂ, ਵੈਪਨ ਸੀਗਾ। ਕਿੰਨੇ ਬੰਦੇ ਦੱਸੇ? ਚਾਰ ਬੰਦੇ ਹਨ। ਅਤੇ ਹੁਣ ਆਪਣੇ ਵੱਲੋਂ ਕੀ ਕਾਰਵਾਈ ਚੱਲ ਰਹੀ ਹੈ ਪੁਲਿਸ? ਬਸ ਇਹਨਾਂ ਦੀ ਤਫਤੀਸ਼ ਕਰਕੇ ਇਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਊਗਾ, ਟਰੇਸ ਹੋ ਜਾਊਗਾ ਜਲਦੀ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਬੈਂਕ ਭਵਾਨੀਗੜ੍ਹ ਰੋਡ ਵਾਲੀ ਮੁੱਖ ਸੜਕ ਤੇ, ਜਿਸ ਦੇ ਆਸ ਪਾਸ ਘਰ ਵੀ ਬਣੇ ਹੋਏ ਨੇ, ਅਜਿਹੇ ਇਲਾਕੇ ਵਿੱਚ ਇੰਨੀ ਵੱਡੀ ਵਾਰਦਾਤ ਹੋਣਾ ਅਤੇ ਕਿਸੇ ਨੂੰ ਖਬਰ ਵੀ ਨਾ ਹੋਣਾ ਕਾਫੀ ਅਜੀਬ ਗੱਲ ਹੈ। ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮਾਣਾ ਤੋਂ ਪਰਸ਼ੋਤਮ ਕੌਸ਼ਕ ਦੀ ਰਿਪੋਰਟ, ਚੈਨਲ ਪੰਜਾਬੀ। ਮਨੋਰੰਜਨ ਭਰਪੂਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਆਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।